पिछले लंबे समय तो पानवासा ਤੇ PRTC ਦੇ ਕੱਚਿਆਂ ਦੇ ਤੌਰ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਮੌਜੂਦਾ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਇਸ ਤਰੀਕੇ ਨਾਲ ਕੰਮ ਕਰ ਰਹੇ ਨੇ ਅਤੇ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੋਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸੌਂਹ ਖਾਧੀ ਸੀ ਕਿ ਸਾਡੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਅਸੀਂ ਸਰਕਾਰ ਦੇ ਵੱਲੋਂ ਦਿੱਤੇ ਗਏ ਝੂਠੇ ਦਿਲਾਸੇ ਦੇ ਚਾਂਸੇ ਵਿੱਚ ਆ ਕੇ ਸਰਕਾਰ ਨੂੰ ਵੋਟਾਂ ਪਾਈਆਂ ਤੇ ਸੱਤਾ ਦੇ ਵਿੱਚ ਵੀ ਲਿਆਂਦਾ ਪਰ ਇਸ ਗੱਲ ਦਾ ਦੁੱਖ ਹੈ ਕਿ ਅੱਜ ਸਰਕਾਰ ਨੂੰ ਬਣੇ 4.5 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਤੇ ਸਰਕਾਰ ਨੇ ਅਜੇ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਅਤੇ ਅਸੀਂ ਹੁਣ ਇਹ ਫੈਸਲਾ ਲੈ ਕੇ ਅਸੀਂ ਸਾਬਕਾ ਤੇ ਮੌਜੂਦਾ ਸਰਕਾਰਾਂ ਦੇ ਘਿਰਾਓ ਕਰਾਂਗੇ ਇਸ ਦੇ ਨਾਲ ਹੀ 28-29 ਤਰੀਕ ਨੂੰ 3 ਦਿਨ ਦੀ ਹੜਤਾਲ ਵੀ ਸਾਡੇ ਵੱਲੋਂ ਕੀਤੀ ਜਾਵੇਗੀ ਅਤੇ ਜੇ ਇਸ ਤੋਂ ਬਾਅਦ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਦੇ ਵੱਲੋਂ ਪੱਕੇ ਤੌਰ 'ਤੇ ਵੀ ਮੋਰਚਾ ਲਗਾਇਆ ਜਾਵੇਗਾ ਪ੍ਰੈਸ ਇਹ ਅੱਜ ਮੈਂ ਸੂਬਾ ਸੀਨੀਅਰ ਮੀਤ ਪ੍ਰਧਾਨ ਜੋਤ ਸਿੰਘ ਪੰਜਾਬ ਰੋਡ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਤੋਂ ਜਿਹੜਾ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਦਾ ਜਿਹੜਾ ਪੂਰੇ ਪੰਜਾਬ ਦੇ ਅੰਦਰ ਪੰਜਾਬ ਰੋਡ ਵਿੱਚ ਪਨ ਬੱਸ ਅਤੇ PRTC ਦੇ ਜਿੰਨੇ ਵੀ ਮੁਲਾਜ਼ਮ ਸਾਥੀ ਆ ਉਹਨਾਂ ਨੇ ਪੂਰੇ ਪੰਜਾਬ ਦੇ ਅੰਦਰ ਪ੍ਰੈਸ ਕਾਨਫਰੰਸ ਰੱਖੀ ਆ ਕਿਉਂਕਿ ਸਾਡੇ ਜਿਹੜੇ ਵਰਕਰ ਸਾਥੀ ਆ 15 ਸਾਲ ਤੋਂ ਲਗਾਤਾਰ ਜਿਹੜਾ ਠੇਕੇ 'ਤੇ ਕੰਮ ਕਰ ਰਹੇ ਆ ਪੰਜਾਬ ਰੋਡ ਵਿੱਚ ਪਨ ਬੱਸ ਅਤੇ PRTC ਦੀਆਂ ਬੱਸਾਂ ਦੇ ਵਿੱਚ ਕਿਉਂਕਿ 15 ਸਾਲ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ 15 ਸਾਲਾਂ ਤੋਂ ਲਗਾਤਾਰ ਜਿਹੜੀਆਂ ਸਰਕਾਰਾਂ ਸਾਡੇ ਨਾਲ ਧੋਖਾ ਕਰਦੀਆਂ ਆ ਰਹੀਆਂ ਜਿਹੜੀ ਵੀ ਸਰਕਾਰ ਸੱਤਾ 'ਚ ਆਉਂਦੀ ਆ ਉਹ ਇਹੋ ਹੀ ਕਹਿੰਦੀ ਆ ਕਿ ਆਪਾਂ ਜਿਹੜਾ ਤੁਹਾਡਾ ਆਉਂਦੇ ਜਿਹੜਾ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਠੇਕਾ ਮੁਲਾਜ਼ਮਾਂ ਨੂੰ ਪੱਕਿਆ ਕਰਾਂਗੇ ਪਰ ਅਜੇ ਤੱਕ ਸਾਰੇ ਜਿੰਨੀਆਂ ਵੀ ਸਰਕਾਰਾਂ ਹੋਈਆਂ ਨੇ ਉਹਨਾਂ ਸਾਡੇ ਨਾਲ ਧੋਖਾ ਕੀਤਾ 5 ਸਾਲ ਰਾਜ ਕਰਦੀਆਂ ਨੇ ਅਤੇ ਚਲੇ ਜਾਂਦੀਆਂ ਨੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਜਿਹੜੀ 10 ਸਾਲ ਆਪਣੀ ਸੱਤਾ ਭੋਗ ਕੇ ਗਈ ਆ ਉਹਨਾਂ ਜਿਹੜਾ ਸਾਡਾ 2016 ਦੇ ਵਿੱਚ ਇੱਕ ਐਕਟ ਬਣਾਇਆ ਸੀ ਜਿਹਦੇ ਵਿੱਚ ਸਾਰੇ ਜਿੰਨੇ ਪੰਜਾਬ ਦੇ ਠੇਕਾ ਮੁਲਾਜ਼ਮ ਰੈਗੂਲਰ ਹੋਣੇ ਸੀ ਉਹ ਰੈਗੂਲਰ ਹੋਣ ਦੀ ਪਾਲਿਸੀ ਇੱਕ ਤਿਆਰ ਕੀਤੀ ਸੀ ਪਰ ਜਿਹੜਾ ਸਾਡਾ ਕੈਪਟਨ ਮੁੱਖ ਮੰਤਰੀ ਪੰਜਾਬ ਦਾ ਇਸ ਵੇਲੇ ਸੱਤਾ ਦੇ ਵਿੱਚ ਆ ਇਹਨੇ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਧੀ ਕਿ ਮੈਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਤੁਹਾਨੂੰ ਜਿਹੜਾ ਉਹ ਰੈਗੂਲਰ ਕਰਾਂਗਾ ਅਤੇ ਅਸੀਂ ਸੈਂਟਰ ਬਾਡੀ ਦੇ ਸਟੇਟ ਕਮੇਟੀ ਦੀ ਮੀਟਿੰਗ ਕਰਕੇ ਸਾਰੇ ਵਰਕਰਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਜਿਤਾਇਆ ਅਤੇ 4.5 ਸਾਲ ਤਕਰੀਬਨ ਹੋ ਚੁੱਕੇ ਆ ਇਹਨੇ ਜਿਹੜਾ ਹੋਰ ਕੀ ਪੱਕਿਆ ਕਰਨਾ ਸੀ ਜਿਹੜਾ 2016 ਦੇ ਵਿੱਚ ਐਕਟ ਬਣਿਆ ਉਹਦੇ ਉੱਤੇ ਵੀ ਜਿਹੜੀ ਰੋਕ ਜਿਹੜੀ ਲਗਾ ਕੇ ਰੱਖੀ ਆ ਜਿਸ ਦੇ ਰੋਸ ਵਜੋਂ ਅੱਜ ਅਸੀਂ ਜਿਹੜੀ ਆ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਸੰਘਰਸ਼ ਲੀਕੇ ਆ ਜਿੰਨਾ ਚਿਰ ਸਾਨੂੰ ਪੱਕਿਆ ਨਹੀਂ ਕੀਤਾ ਜਾਂਦਾ ਉਹ ਲਗਾਤਾਰ ਸੰਘਰਸ਼ ਅਸੀਂ ਜਿਹੜੀ ਉਹ ਜਾਰੀ ਰੱਖਣੇ ਆ ਤੁਹਾਡੀਆਂ ਕੀ ਮੰਗਾਂ ਹੋ ਸਾਡੀਆਂ ਜਿਹੜੀ ਮੇਅਰ ਮੰਗ ਆ ਸਾਨੂੰ ਸਰਕਾਰ ਜਿੰਨੇ ਪਨ ਬੱਸ ਅਤੇ PRTC ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਨੂੰ ਰੈਗੂਲਰ ਪੱਕਾ ਕੀਤਾ ਜਾਵੇ ਨਹੀਂ ਕੀਤਾ ਜਾਏਗਾ ਤਾਂ ਫਿਰ ਅਗਲੀ ਕਾਰਵਾਈ ਕੀ ਕਰੇ ਜੇ ਨਹੀਂ ਕੀਤਾ ਜਾਂਦਾ ਤਾਂ ਸਾਡਾ ਜਿਹੜਾ 19 ਅਤੇ 20 ਜੂਨ ਦਾ ਜਿਹੜਾ ਇਹ ਜਿਹੜੇ ਸਬ ਕਮੇਟੀ ਮੈਂਬਰ ਨੇ ਤ੍ਰਿਪਤ ਜਿੰਦਰ ਸਿੰਘ ਬਾਜਵਾ ਜੀ ਅਤੇ ਚਰਨਜੀਤ ਚੰਨੀ ਜੀ ਮਨਪ੍ਰੀਤ ਬਾਦਲ ਜੀ ਅਤੇ ਕੈਪਟਨ ਦੇ ਸਾਈ ਸਹਿਲ ਪਟਿਆਲਾ ਮੋਤੀ ਮਹਿਲ ਦਾ ਜਿਹੜਾ ਉਹ ਘਿਰਾਓ ਕਰਾਂਗੇ 2 ਦਿਨ ਦਾ ਸਾਡਾ ਪ੍ਰੋਗਰਾਮ ਉੱਤੇ 19 ਅਤੇ 20 ਦਾ ਉਸ ਤੋਂ ਬਾਅਦ ਜਿਹੜਾ 25 ਤਰੀਕ ਦੀਆਂ ਸਾਡੀਆਂ ਗੇਟ ਰੈਲੀਆਂ ਨੇ ਗੇਟ ਰੈਲੀਆਂ ਤੋਂ ਬਾਅਦ ਜਿਹੜਾ ਸਾਡਾ 28-29 ਤਰੀਕ ਦੀ ਜਿਹੜੀ ਹੜਤਾਲ ਆ ਪੰਜਾਬ ਦੇ ਸਾਰੇ ਪਨ ਬੱਸ ਅਤੇ PRTC ਦਾ ਚੱਕਾ ਜਾਮ ਕਰਕੇ ਸਾਡੇ ਜਿੰਨੇ ਵੀ 27 ਡਿਪੂ ਜਿੰਨੇ ਵੀ ਵਰਕਰ ਸਾਥੀ ਆ ਉਹ 29 ਤਰੀਕ ਨੂੰ ਅਸੀਂ ਮੋਤੀ ਮਹਿਲ ਦਾ ਜਿਹੜਾ ਉਹ ਘਿਰਾਓ ਕਰਨ ਜਾ ਰਹੇ ਹਾਂ ਆਵਾਜ਼ੀ ਕੰਮ TV ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।